ਅੰਮ੍ਰਿਤਸਰ ਸ਼ਹਿਰ 'ਚ ਬੁੱਧਵਾਰ ਰਾਤ 1 ਤੋਂ 1:30 ਵਜੇ ਦੇ ਕਰੀਬ ਦੋ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ। ਕਈ ਲੋਕਾਂ ਨੇ ਦੋ ਤੇਜ਼ ਧਮਾਕੇ ਸੁਣਨ ਬਾਰੇ ਲਿਖਿਆ ਕਿ ਇਹ ਕੋਈ ਬੌਂਬ ਬਲਾਸਟ ਸੀ, ਤਾਂ ਕਿਸੇ ਨੇ ਲਿਖਿਆ ਕਿ ਅਸਮਾਨ 'ਚ ਕੋਈ ਵੱਡਾ ਬਲਾਸਟ ਹੋਇਆ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਿਸੇ ਵੀ ਇਲਾਕੇ 'ਚ ਕੋਈ ਵੀ ਘਟਨਾ ਹੋਣ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ। ਇੱਥੇ ਤੱਕ ਕਿ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੈਂ ਵੀ ਆਵਾਜ਼ ਸੁਣੀ, ਪਰ ਅਸੀਂ ਪੂਰੇ ਸ਼ਹਿਰ ਵਿੱਚ ਪਤਾ ਕਰਵਾਇਆ ਹੈ, ਕਿਤੇ ਵੀ ਕੋਈ ਰਿਪੋਰਟ ਨਹੀਂ ਹੈ। ਇਹ ਸੋਨਿਕ ਬੂਮ ਹੋ ਸਕਦੀ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਅਸਲ 'ਚ ਸੋਨਿਕ ਬੂਮ ਹੈ ਕੀ। ਦਰਅਸਲ ਸੋਨਿਕ ਬੂਮ ਇੱਕ ਤਰ੍ਹਾਂ ਦੀ ਸ਼ੌਕ ਵੇਵਸ ਹੁੰਦੀਆਂ ਨੇ, ਜੋ ਆਵਾਜ਼ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾ 'ਚ ਟਰੈਵਲ ਕਰਦੀਆਂ ਨੇ। ਇਹ ਵੇਵਸ ਬਹੁਤ ਤੇਜ਼ ਰਫ਼ਤਾਰ ਨਾਲ ਉੱਚੀ ਆਵਾਜ਼ ਕਰਦੀਆਂ ਹੋਈਆਂ ਅਸਮਾਨ ਤੋਂ ਗੁਜ਼ਰਦੀਆਂ ਨੇ। ਇਹ ਆਵਾਜ਼ ਵੱਡੇ ਸੁਪਰਸੋਨਿਕ ਵਿਮਾਨਾਂ ਦੇ ਗੁਜ਼ਰਨ ਨਾਲ ਵੀ ਹੋ ਸਕਦੀ ਹੈ। ਉੱਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਆਵਾਜ਼ ਇਸ ਤਰ੍ਹਾਂ ਸੀ ਕਿ ਜਿਵੇਂ ਕਿਤੇ ਧਮਾਕਾ ਹੋਇਆ ਹੋਵੇ। ਉਹਨਾਂ ਕਿਹਾ ਕਿ ਇੰਝ ਲੱਗ ਰਿਹਾ ਸੀ ਜਿਵੇਂ ਘਰ ਤੱਕ ਹਿੱਲ ਗਿਆ ਹੋਵੇ। ਪਰ ਫਿਲਹਾਲ ਪੁਲਿਸ ਵੱਲੋਂ ਇਸ ਆਵਾਜ਼ ਨੂੰ ਸੋਨਿਕ ਬੂਮ ਦਾ ਕਰਾਰ ਦਿੱਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9553 9553।